CBN ਦੀ ਪੇਸ਼ਕਸ਼ ਤੇ ਤੁਸੀਂ ਵੇਖ ਰਹੇ ਹੋ ਇੱਕ ਨਵੀਂ ਜ਼ਿੰਦਗੀ। ਅੱਜ ਇੱਕ ਨਵੀਂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਦੇਖਾਂਗੇ ਕਿੱਦਾਂ CBN ਫਾਊਂਡੇਸ਼ਨ ਨੇ ਇੱਕ ਮਹਿਲਾ ਨੂੰ ਅੰਨਾ ਹੋਣ ਤੋਂ ਬਚਾਇਆ, ਦੇਖਾਂਗੇ ਕਿਸ ਤਰ੍ਹਾਂ ਦਿੱਤਾ ਛੁਟਕਾਰਾ ਇੱਕ ਪਰਿਵਾਰ ਨੂੰ ਖੁੱਲ੍ਹੇ ਦੇ ਵਿੱਚ ਸ਼ੌਚ ਕਰਨ ਦਾ, ਕਰਾਂਗੇ ਤੁਹਾਡੇ ਲਈ ਪ੍ਰਾਰਥਨਾ ਅਤੇ ਸੁਣਾਂਗੇ ਇੱਕ ਗੀਤ। ਜੀਵਨ ਰਾਹ ਤੇ ਸੱਚਿਆਈ, ਆਨੰਦ ਸ਼ਾਂਤੀ ਲੈ ਆਈ, ਖੁਸ਼ੀਆਂ ਚਾਰ ਚੁਫੇਰੇ ਦੂਰ ਹੋ ਗਏ ਹਨੇਰੇ, ਖੁਸ਼ੀਆਂ ਚਾਰ ਚੁਫੇਰੇ ਦੂਰ ਹੋ ਗਏ ਹਨੇਰੇ, ਇੱਕ ਨਵੀਂ ਰੋਸ਼ਨੀ ਲੈ ਆਈ, ਇੱਕ ਨਵੀਂ ਜ਼ਿੰਦਗੀ ਆਈ, ਇੱਕ ਨਵੀਂ ਜ਼ਿੰਦਗੀ ਆਈ, ਇੱਕ ਨਵੀਂ ਜ਼ਿੰਦਗੀ ਆਈ, ਇੱਕ ਨਵੀਂ ਜ਼ਿੰਦਗੀ ਆਈ। ਨਮਸਕਾਰ ਤੇ ਜੀ ਆਇਆਂ ਨੂੰ ਨਮਸਕਾਰ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਇੱਕ ਨਵੀਂ ਜ਼ਿੰਦਗੀ, ਅਤੇ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਰਾਹੀਂ ਤੁਸੀਂ ਸਿੱਖ ਸਕੋਗੇ ਕਿ ਕਿੱਦਾਂ ਆਸ਼ੀਸ਼ਾਂ ਅਤੇ ਬਰਕਤਾਂ ਨੂੰ ਅਸੀਂ ਪਾ ਸਕਦੇ ਹਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਜਾਣ ਪਛਾਣ ਕਰਵਾਉਣ ਜਾ ਰਹੇ ਹਾਂ ਇੱਕ ਐਸੀ ਮਹਿਲਾ ਦੇ ਨਾਲ ਜਿਹੜੀ ਮਜ਼ਦੂਰੀ ਤਾਂ ਕਰਦੀ ਸੀ ਪਰ ਆਪਣੀ ਜ਼ਿੰਦਗੀ ਨੂੰ ਲੈ ਕੇ ਬੜੀ ਮਜਬੂਰ ਵੀ ਸੀ। ਮਜਬੂਰ ਇਸ ਕਰਕੇ ਕਿਉਂਕਿ ਦਿਹਾੜੀ ਕਰਨ ਦੇ ਬਾਵਜੂਦ ਵੀ ਉਸਦੇ ਜੀਵਨ ਦੇ ਵਿੱਚ ਇੱਕ ਵੱਡਾ ਦੁੱਖ ਸੀ, ਉਸਦੀਆਂ ਅੱਖਾਂ ਦੀ ਰੋਸ਼ਨੀ। ਆਓ ਦੇਖਦੇ ਹਾਂ ਕਿਸ ਤਰ੍ਹਾਂ CBN ਫਾਊਂਡੇਸ਼ਨ ਦੀ ਮਦਦ ਦੇ ਨਾਲ ਉਸਦੇ ਅੱਖਾਂ ਦੀ ਰੋਸ਼ਨੀ ਨੂੰ ਵਾਪਸ ਲਿਆਇਆ ਗਿਆ। ਸਾਡੀ ਵੀ ਇਹੋ ਜਿਹੀ ਜ਼ਿੰਦਗੀ ਨਾ ਬਣ ਜਾਵੇ ਕਿ ਅਸੀਂ ਦਰ ਦਰ ਠੋਕਰਾਂ ਖਾਂਦੇ ਫਿਰੀਏ, ਦੂਜਿਆਂ ਦਾ ਹੱਥ ਫੜ ਕੇ ਚੱਲਣਾ ਪਵੇ, ਏਦਾਂ ਨਾ ਹੋਵੇ ਕਿ ਸਾਡੇ ਨਾਲ ਵੀ ਏਦਾਂ ਹੋ ਜਾਵੇ। ਸਾਨੂੰ ਇਸ ਗੱਲ ਦਾ ਡਰ ਹੈ। ਬਹੁਤ ਬੁਰਾ ਲੱਗਿਆ ਜੀ ਜਦੋਂ ਮੈਂ ਠੀਕ ਨਹੀਂ ਸਾਂ, ਨਾ ਆਪਣੇ ਬੱਚਿਆਂ ਨੂੰ ਸਹੀ ਤਰ੍ਹਾਂ ਵੇਖ ਸਕਦੀ ਸੀ, ਨਾ ਆਪਣੇ ਘਰ ਵਾਲੇ ਨੂੰ ਹੀ। ਹਰਿਆਣਾ ਵਿੱਚ ਸਥਿਤ ਬਹਾਦੁਰਪੁਰ ਪਿੰਡ ਦੀ ਰਹਿਣ ਵਾਲੀ 45 ਸਾਲਾਂ ਦੀ ਪਵਨੀ ਦੇਵੀ, ਜਿਸ ਦੀਆਂ ਅੱਖਾਂ ਵਿੱਚ ਜਦੋਂ ਮੋਤੀਆਬਿੰਦ ਹੋ ਗਿਆ ਤਾਂ ਉਸ ਦੀ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਉਸ ਦੇ 3 ਬੱਚੇ ਅਤੇ ਹਾਦਸੇ ਦਾ ਸ਼ਿਕਾਰ ਹੋਇਆ ਪਤੀ ਕਿਤੇ ਬੇਸਹਾਰਾ ਨਾ ਹੋ ਜਾਣ। ਮੇਰੇ ਪਤੀ ਦਾ ਕੁਝ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ ਅਤੇ ਉਹ ਕੋਮਾ ਵਿੱਚ ਚਲੇ ਗਏ ਸਨ, ਤਾਂ ਸਾਰੇ ਘਰ ਦਾ ਬੋਝ ਮੇਰੇ ਇਕੱਲੇ ਉੱਤੇ ਆਣ ਪਿਆ। ਬੱਚੇ ਛੋਟੇ ਸਨ ਤੇ ਮੈਨੂੰ ਮਿਹਨਤ ਮਜ਼ਦੂਰੀ ਵੀ ਕਰਨੀ ਪਈ ਤੇ ਬੱਚੇ ਵੀ ਸੰਭਾਲਣੇ ਪਏ। ਸਾਡੀ ਰੋਜ਼ ਦੀ ਕੋਈ ਆਮਦਨ ਨਹੀਂ, ਕਦੇ ਕੋਈ ਦਿਹਾੜੀ ਕਰਨ ਦੇ ਲਈ ਬੁਲਾਏ ਤਾਂ ਤਦ ਚਲੀ ਜਾਂਦੀਆਂ, ਕਿਸੇ ਨੇ 4 ਦਿਨ ਬਾਅਦ ਬੁਲਾ ਲਿਆ, ਐਵੇਂ ਕੰਮ ਚੱਲਦਾ। ਅੱਖਾਂ ਵਿੱਚ ਦਰਦ ਰਹਿਣ ਦੇ ਕਾਰਨ ਪਵਨੀ ਨੂੰ ਆਪਣੇ ਕੰਮ ਤੋਂ ਕਈ ਵਾਰ ਘਰ ਛੇਤੀ ਵਾਪਸ ਆਉਣਾ ਪੈਂਦਾ ਸੀ ਅਤੇ ਕਈ ਵਾਰ ਉਸਦੇ ਬੱਚੇ ਘਰ ਦਾ ਕੰਮ ਕਰਦੇ ਸਨ। ਧੁੱਪ ਵਿੱਚ ਮੁਸ਼ਕਲ ਹੁੰਦੀ ਹੈ ਬਹੁਤ ਜ਼ਿਆਦਾ, ਮੈਂ ਵੇਖ ਨਹੀਂ ਸਕਦੀ, ਸੂਈ ਵਿੱਚ ਧਾਗਾ ਨਹੀਂ ਪਾ ਸਕਦੀ, ਅਤੇ ਜਦੋਂ ਮੈਂ ਖੇਤਾਂ ਵਿੱਚ ਕੰਮ ਕਰਦੀ ਹਾਂ ਤਾਂ ਅੱਖਾਂ ਵਿੱਚ ਦਰਦ ਹੁੰਦਾ। ਜ਼ਿਆਦਾ ਦੇਰ ਤੱਕ ਮੈਂ ਧੁੱਪ ਵਿੱਚ ਨਹੀਂ ਰਹਿ ਸਕਦੀ, ਧੁੰਦਲਾ ਵੇਖਣ ਲੱਗ ਪੈਂਦਾ। ਜਿਸ ਦਿਨ ਦਰਦ ਹੁੰਦੀ ਹੈ, ਮੰਨ ਲਓ ਕਿ ਘਰ ਆਉਣਾ ਪੈ ਗਿਆ ਤਾਂ ਆਉਣਾ ਤਾਂ ਪੈਣਾ ਹੀ ਹੈ, ਉਸ ਦਿਨ ਦੀ ਦਿਹਾੜੀ ਦੇ ਪੈਸੇ ਤਾਂ ਕੱਟੇ ਹੀ ਜਾਣਗੇ, ਪੂਰੇ ਪੈਸੇ ਵੀ ਨਹੀਂ ਮਿਲਦੇ। ਜਦੋਂ ਮੈਨੂੰ ਦਰਦ ਹੁੰਦੀ ਹੈ ਤਾਂ ਮੈਂ ਦੇਖ ਨਹੀਂ ਸਕਦੀ। ਬੱਚੇ ਜਦੋਂ ਸਕੂਲ ਤੋਂ ਆਉਂਦੇ ਹਨ ਤਾਂ ਉਹ ਸਕੂਲੋਂ ਆ ਕੇ ਘਰ ਦਾ ਕੰਮ ਸੰਭਾਲਦੇ ਹਨ, ਜਿਵੇਂ ਝਾੜੂ ਲਾਉਣਾ, ਭਾਂਡੇ ਮਾਂਜਣੇ। ਮੇਰੇ ਬੱਚੇ ਥੋੜ੍ਹਾ ਬਹੁਤ ਕੰਮ ਕਰ ਲੈਂਦੇ ਹਨ, ਹਾਲੇ ਤਾਂ ਮੇਰੀ ਬਹੁਤ ਜ਼ਿੰਦਗੀ ਪਈ ਹੈ ਅਤੇ ਮੈਂ ਅੰਨ੍ਹੀ ਨਹੀਂ ਹੋਣਾ ਚਾਹੁੰਦੀ। ਜਦੋਂ ਪਵਨੀ ਇੱਕ ਸਥਾਨਕ ਡਾਕਟਰ ਦੇ ਕੋਲ ਅੱਖਾਂ ਦੀ ਜਾਂਚ ਕਰਵਾਉਣ ਗਈ ਤਾਂ ਉਸ ਨੂੰ CBN ਫਾਊਂਡੇਸ਼ਨ ਦੁਆਰਾ ਜ਼ਰੂਰਤਮੰਦ ਲੋਕਾਂ ਦੇ ਲਈ ਕੀਤੇ ਜਾਣ ਵਾਲੇ ਮੁਫਤ ਮੋਤੀਆਬਿੰਦ ਆਪਰੇਸ਼ਨ ਦੇ ਬਾਰੇ ਪਤਾ ਲੱਗਾ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤਾਂ ਮਿਹਨਤ ਮਜ਼ਦੂਰੀ ਕਰਦੀ ਹਾਂ, ਮੇਰੇ ਘਰ ਵਾਲੇ ਦਾ ਐਕਸੀਡੈਂਟ ਹੋਇਆ ਅਤੇ ਮੈਂ ਇੰਨਾ ਮਹਿੰਗਾ ਲੈਂਸ ਕਿਵੇਂ ਪਵਾਵਾਂ, ਮੇਰੇ ਕੋਲ ਪੈਸੇ ਨਹੀਂ ਹਨ। ਉਹਨਾਂ ਨੇ ਦੱਸਿਆ ਕਿ ਤੁਹਾਡਾ ਇਲਾਜ ਮੁਫਤ ਹੋ ਜਾਵੇਗਾ, ਤਾਂ ਮੈਂ ਇਹ ਸੁਣਿਆ ਕਿ ਤੁਹਾਡੇ 30,000 ਵਾਲਾ ਲੈਂਸ ਪਵੇਗਾ। ਮੈਂ ਬਹੁਤ ਖੁਸ਼ ਹੋਈ ਕਿ ਹੁਣ ਮੈਂ ਅੰਨੀ ਨਹੀਂ ਰਵਾਂਗੀ, ਸੋ ਮੈਂ ਅੰਨੀ ਹੋਣ ਤੋਂ ਬਚ ਜਾਵਾਂਗੀ, ਮੈਂ ਠੀਕ ਤਰ੍ਹਾਂ ਨਾਲ ਵੇਖ ਸਕਾਂਗੀ। ਤਾਂ ਪਹਿਲਾਂ 2 ਉਂਗਲੀਆਂ ਵਿਖਾਈਆਂ, ਫਿਰ 5, ਫਿਰ 3, ਫਿਰ 1। ਪਹਿਲਾਂ ਨਾਲੋਂ ਹੁਣ ਠੀਕ ਹੈ, ਫਿਲਹਾਲ ਤਾਂ ਆਰਾਮ ਕਰਾਂਗੀ, ਉਸ ਤੋਂ ਬਾਅਦ ਆਪਣਾ ਕੰਮ ਕਰਾਂਗੀ। ਪਵਨੀ ਦੀ ਇਹੋ ਉਮੀਦ ਹੈ ਕਿ CBN ਫਾਊਂਡੇਸ਼ਨ ਦੁਆਰਾ ਕੀਤੇ ਗਏ ਉਸਦੇ ਇਲਾਜ ਦੇ ਜ਼ਰੀਏ ਉਹ ਆਪਣੇ ਪਰਿਵਾਰ ਦੇ ਲਈ ਇੱਕ ਬਿਹਤਰ ਭਵਿੱਖ ਸੰਜੋਅ ਪਾਏਗੀ। ਦੇਣ ਵਾਲੇ ਬਣੋ। ਦੋਸਤੋ, ਹੁਣੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ CBN ਫਾਊਂਡੇਸ਼ਨ ਦੀ ਮਦਦ ਦੇ ਨਾਲ ਪਵਨੀ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਆ ਗਿਆ ਹੈ। ਦੋਸਤੋ, ਜਦੋਂ ਅਸੀਂ ਦੂਸਰਿਆਂ ਦੀ ਮਦਦ ਕਰਦੇ ਹਾਂ, ਜਦੋਂ ਅਸੀਂ ਦੂਸਰਿਆਂ ਦੇ ਸਹਾਇਤਾ ਲਈ ਕਦਮ ਚੁੱਕਦੇ ਹਾਂ, ਤਾਂ ਅਸੀਂ ਇੱਕ ਹੋਰ ਹੀ ਰਿਐਲਮ ਦੇ ਵਿੱਚ ਪਹੁੰਚ ਜਾਂਦੇ ਹਾਂ। ਜੀ ਹਾਂ, ਇੱਕ ਹੋਰ ਹੀ ਸਿਸਟਮ, ਇੱਕ ਹੋਰ ਹੀ ਅਰਥ ਵਿਵਸਥਾ,
ਜਦੋਂ ਅਸੀਂ ਦੂਸਰਿਆਂ ਦੀ ਮਦਦ ਕਰਦੇ ਹਾਂ ਤਾਂ ਪਰਮੇਸ਼ੁਰ ਦੀ ਸਮਰਥ, ਪਰਮੇਸ਼ੁਰ ਦੀ ਖੁਸ਼ੀ, ਪਰਮੇਸ਼ੁਰ ਦੀ ਹਰ ਤਰ੍ਹਾਂ ਦੀ ਆਸ਼ਿਸ਼ ਸਾਡੀ ਜ਼ਿੰਦਗੀ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਇੱਕ ਵਾਰੀ ਕਰਕੇ ਦੇਖੋ, ਤੁਸੀਂ ਮਹਿਸੂਸ ਕਰੋਗੇ ਕਿ ਕਿੰਨਾ ਚੰਗਾ ਲੱਗਦਾ ਹੈ ਜਦੋਂ ਅਸੀਂ ਦੂਸਰਿਆਂ ਦੀ ਮਦਦ ਕਰਦੇ ਹਾਂ। ਇਸ ਕਰਕੇ ਸਾਨੂੰ ਕਦੇ ਵੀ ਭਲਾਈ ਕਰਨ ਤੋਂ ਪਿੱਛੇ ਨਹੀਂ ਰੁਕਣਾ ਚਾਹੀਦਾ, ਕਿਉਂਕਿ ਜਦੋਂ ਅਸੀਂ ਦੂਸਰਿਆਂ ਦੀ ਮਦਦ ਕਰਾਂਗੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਏਗਾ, ਉਹ ਤੁਹਾਨੂੰ ਆਸ਼ੀਸ਼ਾਂ ਦੇਣਗੇ, ਤੁਹਾਡੇ ਲਈ ਪ੍ਰਾਰਥਨਾ ਕਰਨਗੇ। ਬਾਈਬਲ ਦੇ ਵਿੱਚ ਜੇਕਰ ਦੇਖੀਏ ਤਾਂ ਪਰਮੇਸ਼ੁਰ ਸਾਨੂੰ ਹਮੇਸ਼ਾ ਇਹੀ ਪ੍ਰੇਰਿਤ ਕਰਦੇ ਹੈ ਕਿ ਅਸੀਂ ਦੂਸਰਿਆਂ ਦੀ ਮਦਦ ਲਈ ਅੱਗੇ ਆਈਏ, ਕਦਮ ਚੁੱਕੀਏ, ਹਮੇਸ਼ਾ ਦੂਸਰਿਆਂ ਦੀ ਸਹਾਇਤਾ ਕਰੀਏ। ਤਾਂ ਜਦੋਂ ਅਸੀਂ ਖੁੱਲ੍ਹੇ ਦਿਲ ਦੇ ਨਾਲ ਦੂਸਰਿਆਂ ਦੀ ਮਦਦ ਕਰਦੇ ਹਾਂ, ਪਰਮੇਸ਼ੁਰ ਸਾਡੇ ਤੋਂ ਪ੍ਰਸੰਨ ਹੁੰਦੇ ਹਨ। ਆਓ ਦੇਖਦੇ ਹਾਂ ਕਿ ਵਚਨ ਦੇ ਰਾਹੀਂ ਪਰਮੇਸ਼ੁਰ ਅੱਜ ਸਾਨੂੰ ਕਿਸ ਤਰ੍ਹਾਂ ਪ੍ਰੇਰਿਤ ਕਰ ਰਹੇ ਹੈ ਕਿ ਸਾਨੂੰ ਦੂਸਰਿਆਂ ਦੀ ਮਦਦ ਕਿੱਦਾਂ ਕਰਨੀ ਚਾਹੀਦੀ ਹੈ। ਇਬਰਾਨੀਆਂ ਨੂੰ 6:10, ਕਿਉਂ ਜੋ ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮਾਂ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸੀਂ ਉਹਨਾਂ ਦੇ ਨਾਮ ਨਾਲ ਵਿਖਾਇਆ, ਬਈ ਤੁਸੀਂ ਸੰਤਾਂ ਦੀ ਸੇਵਾ ਕੀਤੀ ਨਾਲੇ ਕਰਦੇ ਵੀ ਹੋ। ਜੇ ਬਿਲਕੁਲ, ਪਰਮੇਸ਼ੁਰ ਦਾ ਵਚਨ ਸਾਨੂੰ ਹਮੇਸ਼ਾ ਪ੍ਰੇਰਿਤ ਕਰਦਾ ਹੈ ਕਿ ਅਸੀਂ ਦੂਸਰਿਆਂ ਦੀ ਮਦਦ ਕਰੀਏ, ਸਹਾਇਤਾ ਕਰੀਏ। ਪਰਮੇਸ਼ੁਰ ਦੀ ਆਸ਼ਿਸ਼ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਉਸੇ ਹਿਸਾਬ ਦੇ ਨਾਲ, ਜਿਸ ਤਰ੍ਹਾਂ ਅਸੀਂ ਦੂਸਰਿਆਂ ਦੀ ਮਦਦ ਕਰਾਂਗੇ, ਪਰਮੇਸ਼ੁਰ ਦੀ ਆਸ਼ਿਸ਼ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਏਗੀ। ਜੇ ਤੁਸੀਂ ਵੀ ਪਰਮੇਸ਼ੁਰ ਦੀ ਆਸ਼ੀਸ਼ ਨੂੰ ਆਪਣੀ ਜੀਵਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੋ, ਜੇਕਰ ਤੁਸੀਂ ਵੀ ਉਹਨਾਂ ਬਰਕਤਾਂ ਨੂੰ ਚੱਖਣਾ ਚਾਹੁੰਦੇ ਹੋ, ਤਾਂ ਤੁਸੀਂ ਕਰ ਸਕਦੇ ਹੋ ਸਾਡੇ ਨਾਲ ਪਾਰਟਨਰ ਬਣ ਕੇ। ਇਸੇ ਵੇਲੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੁਹਾਡੇ ਦਿੱਤੇ ਹੋਏ ਸਕਰੀਨ 'ਤੇ ਨੰਬਰ 'ਤੇ, ਅਤੇ ਤੁਸੀਂ ਨਾਲ ਹੀ ਬਣ ਸਕਦੇ ਹੋ ਸਾਡੇ ਪਾਰਟਨਰਸ ਅਤੇ ਕਿਸੇ ਦੇ ਜੀਵਨ ਦੇ ਵਿੱਚ ਸੁਧਾਰ ਨੂੰ ਲੈ ਕੇ ਆ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਆ ਪੁੱਜਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਕਿਤੇ ਨਾ ਜਾਣਾ, ਮਿਲਦੇ ਹਾਂ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਸ ਭੱਜ ਦੌੜ ਨਾਲ ਭਰੀ ਜ਼ਿੰਦਗੀ ਵਿੱਚ ਸਾਡੇ ਅਤੇ ਤੁਹਾਡੇ ਲਈ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ ਆਪਣੇ ਲਈ ਸਮਾਂ ਕੱਢਣਾ। ਕਦੇ-ਕਦੇ ਸਾਨੂੰ ਇਸ ਦੌਰਾਨ ਆਪਣੇ ਪਸੰਦੀਦਾ ਟੀਵੀ ਸ਼ੋਅ ਇੱਕ ਨਵੀਂ ਜ਼ਿੰਦਗੀ ਨੂੰ ਵੇਖਣ ਦਾ ਵੀ ਮੌਕਾ ਨਹੀਂ ਮਿਲ ਪਾਉਂਦਾ। ਜੇਕਰ ਅਜਿਹਾ ਹੈ ਤਾਂ ਤੁਸੀਂ ਉਸ ਨੂੰ ਵੇਖ ਸਕਦੇ ਹੋ CBN ਇੰਡੀਆ ਦੇ YouTube ਚੈਨਲ ਤੇ। ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੀ ਸੁਵਿਧਾ ਅਨੁਸਾਰ ਆਪਣੇ ਪਸੰਦੀਦਾ ਸ਼ੋਅ ਨੂੰ ਵੇਖੋ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਦੇਹਰਾਦੂਨ ਅਤੇ ਮਿਲਾਵਾਂਗੇ ਆਸ਼ਾ ਥਾਪਾ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ। ਆਸ਼ਾ ਦੇ ਪਰਿਵਾਰ ਨੂੰ ਸ਼ੌਚ ਵਾਸਤੇ ਖੁੱਲ੍ਹੇ ਵਿੱਚ ਜਾਣਾ ਪੈਂਦਾ ਸੀ, ਜਿਸ ਕਰਕੇ ਬਹੁਤ ਸਾਰੇ ਖਤਰਿਆਂ ਦਾ ਸਾਹਮਣਾ ਉਸ ਪਰਿਵਾਰ ਨੂੰ ਕਰਨਾ ਪੈਂਦਾ ਸੀ। ਉਹ ਤਾਂ ਕਦੀ ਉਮੀਦ ਵੀ ਨਹੀਂ ਕਰ ਸਕਦੇ ਸੀ ਕਿ ਕਦੀ ਉਹਨਾਂ ਨੂੰ ਸੁਰੱਖਿਅਤ ਟੋਇਲਟਸ ਵੀ ਮਿਲ ਸਕਦੇ ਨੇ। ਆਓ ਦੇਖਦੇ ਹਾਂ ਇਸ ਪਰਿਵਾਰ ਦੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਬਿਹਤਰੀ ਆਈ। ਇਸ ਕਹਾਣੀ ਨੂੰ ਤੁਹਾਡੇ ਤੱਕ ਲੈ ਕੇ ਆ ਰਹੀ ਹੈ ਸਾਡੀ ਪ੍ਰੋਡਿਊਸਰ ਰੌਲੇ ਗ੍ਰੇਸ। ਆਪਣਾ ਇੱਕ ਛੋਟਾ ਜਿਹਾ ਘਰ ਹੋਣ ਦਾ ਸੁਪਨਾ ਲਈ 31 ਸਾਲ ਦੀ ਆਸ਼ਾ ਥਾਪਾ ਕੁਝ ਸਾਲ ਪਹਿਲਾਂ ਹੀ ਦੇਹਰਾਦੂਨ ਦੀ ਨਵੀਂ ਬਸਤੀ ਤੌਲਾਸ ਵਿੱਚ ਰਹਿਣ ਦੇ ਲਈ ਆਈ, ਪਰ ਘਰ ਵਿੱਚ ਟੋਇਲਟ ਨਾ ਹੋਣ ਦੇ ਕਰਕੇ ਉਸ ਨੂੰ ਨਾ ਸਿਰਫ ਪਰੇਸ਼ਾਨੀ ਹੋਣ ਲੱਗੀ, ਸਗੋਂ ਹੁਣ ਉਹ ਉਸ ਦੇ ਲਈ ਚਿੰਤਾ ਦਾ ਕਾਰਨ ਬਣ ਗਿਆ। ਜਦੋਂ ਮੈਂ ਇੱਥੇ ਸ਼ੁਰੂ ਵਿੱਚ ਆਈ ਸਾਂ ਤਾਂ ਬਹੁਤ ਡਰ ਲੱਗਦਾ ਸੀ ਜਾਨਵਰਾਂ ਤੋਂ, ਜੰਗਲ ਤੋਂ। ਮੇਰੀਆਂ ਦੋ ਬੇਟੀਆਂ ਹਨ, ਜਵਾਨ ਹੋ ਰਹੀਆਂ ਹਨ, ਚੰਗਾ ਨਹੀਂ ਲੱਗਦਾ ਝਾੜੀਆਂ ਵਿੱਚ ਜਾਣਾ। ਏਦਾਂ ਲੱਗਦਾ ਕਿ ਕੋਈ ਅਚਾਨਕ ਆ ਰਿਹਾ ਹੈ। ਡਰ ਦੀ ਤਾਂ ਗੱਲ ਹੈ, ਪਰ ਸ਼ਰਮ ਦੀ ਵੀ ਗੱਲ ਹੈ। ਅਤੇ ਅਚਾਨਕ ਉੱਠਣਾ, ਬੱਚੇ ਏਦਾਂ ਪਰੇਸ਼ਾਨ ਰਹਿੰਦੇ ਸਨ। ਬੱਚੇ ਰਾਤ ਨੂੰ ਖਾਣਾ ਖਾਣ ਸਮੇਂ ਜੇਕਰ ਪਹਿਲਾਂ ਬਾਥਰੂਮ ਹੋ ਕੇ ਆ ਗਏ ਤਾਂ ਠੀਕ ਹੈ, ਨਹੀਂ ਤਾਂ ਫਿਰ ਅਸੀਂ ਬੱਚਿਆਂ ਨੂੰ ਕਹਿੰਦੇ ਸੀ ਕਿ ਘੱਟ ਖਾਓ, ਨਹੀਂ ਤਾਂ ਅੱਧੀ ਰਾਤੀ ਤੁਸੀਂ ਸਾਨੂੰ ਤੰਗ ਕਰੋਗੇ। ਅਸੀਂ ਖੁਦ ਵੀ ਘੱਟ ਖਾਂਦੇ ਸਾਂ। ਜਿਸ ਦਿਨ ਫਰੈਸ਼ ਹੋ ਕੇ ਨਹੀਂ ਆਉਂਦੇ ਸਾਂ, ਅਸੀਂ ਰਾਤ ਨੂੰ ਘੱਟ ਖਾਂਦੇ ਸਾਂ। ਪਹਿਲੀ ਗੱਲ ਤਾਂ ਕਮਰਾ ਹੀ ਸਹੀ ਤਰੀਕੇ ਨਾਲ ਨਹੀਂ ਬਣਿਆ ਹੈ। ਪਹਿਲਾਂ ਕਮਰਾ ਸਹੀ ਤਰ੍ਹਾਂ ਨਾਲ ਬਣ ਜਾਏ, ਫਿਰ ਹੀ ਟੋਇਲਟ ਬਣੇਗਾ। ਪਹਿਲਾਂ ਤਾਂ ਕਮਰਾ ਹੀ ਨਹੀਂ ਬਣ ਪਾ ਰਿਹਾ, ਟੋਇਲਟ ਦੀ ਤਾਂ ਬਹੁਤ ਦੂਰ ਦੀ ਗੱਲ ਹੈ। ਫਿਰ ਆਸ਼ਾ ਥਾਪਾ ਦੀ ਮਦਦ ਕਰਨ ਦੇ ਲਈ CBN ਫਾਊਂਡੇਸ਼ਨ ਦੀ ਟੀਮ ਪਹੁੰਚੀ। ਨਵੀਂ ਬਸਤੀ ਤੌਲਾਸ ਨੂੰ ਸਮੁਦਾਇਕ ਵਿਕਾਸ ਪਰਿਯੋਜਨਾ ਦੇ ਤਹਿਤ ਚੁਣਿਆ ਗਿਆ। ਆਸ਼ਾ ਅਤੇ ਸਮਾਜ ਦੇ ਬਾਕੀ ਲੋਕਾਂ ਦੀ ਅਪੀਲ 'ਤੇ ਇੱਥੇ ਪਬਲਿਕ ਟੋਇਲਟ ਬਣਾਇਆ ਗਿਆ। CBN ਫਾਊਂਡੇਸ਼ਨ ਵਾਲੇ ਜਦੋਂ ਆਏ ਸਨ ਤਾਂ ਖੁਸ਼ੀ ਤਾਂ ਹੋ ਰਹੀ ਸੀ ਕਾਫ਼ੀ, ਪਰ ਪਤਾ ਨਹੀਂ ਲੱਗ ਰਿਹਾ ਸੀ ਕਿ ਪਤਾ ਨਹੀਂ ਬਣੇਗਾ ਜਾਂ ਨਹੀਂ ਬਣੇਗਾ। ਜਦੋਂ ਇਸਦੀ ਨੀਂਹ ਪੁੱਟਣੀ ਸ਼ੁਰੂ ਕੀਤੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ, ਅਤੇ ਫਿਰ ਜਦੋਂ ਕੰਪਲੀਟ ਹੋ ਗਿਆ ਤਾਂ ਫਿਰ ਪੁੱਛੋ ਹੀ ਨਾ ਕਿ ਕਿੰਨੀ ਖੁਸ਼ੀ ਹੋਈ। ਜਦੋਂ ਦਾ CBN ਫਾਊਂਡੇਸ਼ਨ ਵਾਲਿਆਂ ਨੇ ਇਹ ਬਣਾਇਆ ਹੈ, ਬਹੁਤ ਵਧੀਆ ਬਣਾਇਆ ਹੈ। ਸਾਰਿਆਂ ਨੂੰ ਫਾਇਦਾ ਹੋਇਆ ਹੈ, ਖਾਸ ਕਰਕੇ ਔਰਤਾਂ ਦੇ ਲਈ, ਸਾਡੇ ਸਾਰਿਆਂ ਦੇ ਲਈ। ਹੁਣ ਜੰਗਲ ਵਿੱਚ ਨਹੀਂ ਜਾਣਾ ਪੈਂਦਾ, ਸ਼ਰਮ ਦੀ ਗੱਲ ਨਹੀਂ ਹੈ। ਹੁਣ ਉੱਥੇ ਓਲਾ ਹੈ ਅਤੇ ਲੈਟਰਿਨ ਬਾਥਰੂਮ ਦੋਵੇਂ ਯੂਜ਼ ਕਰਨ ਨੂੰ ਮਿਲ ਰਹੇ ਹਨ। ਸਭਨਾਂ ਦੇ ਵੱਲੋਂ ਧੰਨਵਾਦ, ਬਹੁਤ ਬਹੁਤ ਧੰਨਵਾਦ। CBN ਫਾਊਂਡੇਸ਼ਨ ਵੀ ਖੁਸ਼ ਹੈ
कि अपनी इस पहल दे द्वारा वो आशा दी जिंदगी विच चैन दी मुस्कान ल्या सकिया है। दोस्तों हुण तुसीं देखिया कि आशा दे परिवार दे विच हुण एक नवी आशा आ गई है। जी हाँ, उसके परिवार को सुख सुविधा उपलब्ध हुई है और यह सब कुछ मुमकिन होया है CBN फाउंडेशन की मदद के नाल। दोस्तों CBN फाउंडेशन एक काम इकल्या नहीं करती, क्योंकि तुहाडे वर्गे दानवीर इंसान जदों साडे नाल इस नेक मुहिम दे विच जुड़दे हन ताही असी यह काम चुक सकते हाँ, ये काम कर सकते हाँ। तुसी साडे नाल जुड़ो, पार्टनरशिप दे विच जुड़ के इस मुहिम का हिस्सा बनो। सिर्फ 500 रुपए प्रति माह जेकर तुसी दिंदे हो तो तुसी इस नेक मुहिम दे विच साडे नाल जुड़ सकते हो। यह रहा साडा पता सानू कॉन्टैक्ट करन दे लई। CBN फाउंडेशन, पीच ट्री कॉम्पलैक्स, तीसरी मंजिल, ब्लॉक सी, सुशांत लोक 1, गुरुग्राम, दिल्ली NCR 122009। ऑनलाइन डोनेशंस www.cbn.in। दोस्तों असीं तुहानूं इनकरेज करना चाहवांगे कि तुसीं स्वच्छ भारत अभियान दे विच साडे नाल जुड़ जाओ, क्योंकि असीं बहुत सारे लोगों के जीवन दे विच शर्मिंदगी नूं दूर करके, उन्हां दी प्रॉब्लम्स नूं दूर करके, उन्हां नूं स्वच्छता अते स्वस्थ जीवन देने वास्ते, प्रेरणा देने वास्ते अगे वध चुके हां। दोस्तों हुण समां आ गया एक छोटी ब्रेक लैण दा, लेकिन तुसीं किधरे ना जाणा, क्योंकि वापस आ के असीं करांगे तुहाडे लई प्रार्थना, नाल ही पढ़ांगे तुहाडे मैसेजेस। कुछ बेहतरीन कहानियां, कुछ नवी सिक्ख्या, एक नवे अंदाज दे नाल। रहा है इंडियन टेलीविजन ते सुपरबुक सीजन 2 देखना ना भूलना। वधेरे जानकारी लई लॉगिन करो www.cbn.in/superbook। ब्रेक तो बाद थोड़ा स्वागत करते हैं एक नवी जिंदगी प्रोग्राम दे विच। प्रोग्राम दे इस हिस्से दे विच असी करांगे थोड़े लिए प्रार्थना, पर प्रार्थना तो पहला असी उस्तत योग परमेश्वर दे नाम नू महिमा देंगे इस गीत दे नाल। आओ इस गीत दा आनंद मनने आ। हत्था पैरा विच इक नीजे विन्ने आहे दिल येसु प्यारे and makes me bleed. Oh, Son of God, crucified and
हिम तरस जरा भी ना खांदे भारी सूली वो देते चुकांदे जालिम तरस जरा भी ना खांदे सूली चुक के जान राव चिठे उम्मीद करते हैं कि थानू यह गाना जरूर पसंद आया होएगा। परमेश्वर का वचन भी दसदा है कि इजराइल दियां स्तुतियां दे विच परमेश्वर विराजमान होंदे ने। हुण असीं करांगे थोड़े लिए प्रार्थना। देखते हैं कि अज के मैसेजेस सानू किस किस ने भेजे ने। असीं अजे तो मैसेज पढ़ रहे हैं जो लिखते हैं कि उन्होंने साडे प्रोग्राम दे विच दिखाईयां जांदियां गवाहियां दे नाल बड़ी प्रेरणा मिलती है ते उस दे नाल उन्हां दे दिल दे विच भी नवा हौसला आंदा है। असीं धन्नवाद करदे हाँ अजय जी, तुसीं सानू एप्रीशिएट कीता। देखते हैं कि सानू दूसरा मैसेज अज किसने भेजा है। दूसरा मैसेज आया है मीरा दा। ये लिखते हैं कि साडा प्रोग्राम जिहड़ा है इन्हां नू बहुत पसंद है। इस दे विच दिखाए गए जिहड़े कम है नेक भलाई दे कम इन्हां नू बहुत चंगे लगते हैं। इन्हां नू भी प्रोत्साहन मिलता है कि ये भी अजिहे कम करन। धन्नवाद करदे हाँ मीरा जी कि तुसीं सानू एप्रीशिएट कीता। ये सब कुछ मुमकिन होंदा है जदों तुहाडे वर्गे इंसान साडे नाल जुड़दे हन। जी हाँ, अज असीं हरेक दे लई प्रार्थना करांगे जिहड़े साडे नाल इस मुहिम दे विच जुड़े हन, जिहड़े जुड़ना चाहुंदे हन। ਅਤੇ ਇਸ ਕੰਮ ਨੂੰ ਅਸੀਂ ਜਦੋਂ ਲੋਕਾਂ ਤੱਕ ਪਹੁੰਚਾਉਂਦੇ ਹਾਂ ਤਾਂ ਉਹਨਾਂ ਲੋਕਾਂ ਦੇ ਲਈ ਵੀ ਅਸੀਂ ਪ੍ਰਾਰਥਨਾ ਕਰਾਂਗੇ ਤਾਂ ਕਿ ਪਰਮੇਸ਼ੁਰ ਉਹਨਾਂ ਦੀਆਂ ਜ਼ਿੰਦਗੀਆਂ ਬਦਲੇ, ਉਹਨਾਂ ਦੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆਵੇ। ਆਓ ਪ੍ਰਾਰਥਨਾ ਕਰੀਏ। ਸਰਵਵਿਆਪੀ, ਸਰਵ ਗਿਆਨੀ, ਪਰਮ ਪਿਤਾ, ਦਿਆਲੂ ਪਰਮੇਸ਼ੁਰ, ਤੁਹਾਡੀ ਹਜ਼ੂਰੀ ਦੇ ਵਿੱਚ ਇਸ ਵਕਤ ਆਉਂਦੇ ਹੋਏ ਪਿਤਾ ਪਰਮੇਸ਼ੁਰ, ਅਸੀਂ ਦੁਆ ਮੰਗਦੇ ਹਾਂ ਤੁਹਾਡੇ ਤੋਂ ਕਿ ਤੁਸੀਂ ਸਾਡੇ ਨਾਲ ਹਮੇਸ਼ਾ ਰਹਿਣਾ। ਜੋ ਕੰਮ ਤੁਸੀਂ ਸਾਨੂੰ ਸੌਂਪਿਆ ਹੈ ਪਿਤਾ ਪਰਮੇਸ਼ੁਰ, ਕਿ ਅਸੀਂ ਦੂਸਰਿਆਂ ਦੀ ਮਦਦ ਦੇ ਲਈ ਕਦਮ ਚੁੱਕਦੇ ਹਾਂ ਪਿਤਾ ਪਰਮੇਸ਼ੁਰ, ਉਸ ਮੁਹਿੰਮ ਦੇ ਵਿੱਚ ਤੁਸੀਂ ਹਮੇਸ਼ਾ ਸਾਡੀ ਅਗਵਾਈ ਕਰਨਾ ਪਿਤਾ। ਹਰੇਕ ਉਸ ਦਰਸ਼ਕ ਦੇ ਲਈ ਅਸੀਂ ਦੁਆ ਮੰਗਦੇ ਹਾਂ ਜਿਹੜੇ ਕਿ ਸਾਡੇ ਨਾਲ ਇਸ ਨੇਕ ਕੰਮ ਦੇ ਵਿੱਚ ਜੁੜੇ ਹਨ। ਪਿਤਾ ਪਰਮੇਸ਼ੁਰ, ਆਪਣੇ ਖਜ਼ਾਨੇ ਖੋਲ੍ਹ ਕੇ ਪਿਤਾ ਤੁਸੀਂ ਉਹਨਾਂ ਦੇ ਹਰੇਕ ਜ਼ਰੂਰਤ ਨੂੰ ਪੂਰਾ ਕਰੋ, ਹਰੇਕ ਪਰੇਸ਼ਾਨੀ ਨੂੰ ਦੂਰ ਕਰੋ ਉਹਨਾਂ ਦੇ ਘਰਾਂ ਦੇ ਵਿੱਚ, ਫੈਮਿਲੀਜ਼ ਦੇ ਵਿੱਚ। ਪ੍ਰਭੂ ਜੀ, ਸ਼ਾਂਤੀ ਅਤੇ ਖੁਸ਼ੀ ਅੱਜ ਹੀ ਆਉਣ ਪਾਵੇ ਪਿਤਾ ਪਰਮੇਸ਼ੁਰ। ਅਸੀਂ ਹਰੇਕ ਉਸ ਦੀਨ ਦੁਖੀ ਦੇ ਲਈ ਦੁਆ ਮੰਗਦੇ ਹਾਂ ਜਿਹੜੇ ਪਿਤਾ ਪਰਮੇਸ਼ੁਰ ਆਪਣੀ ਜ਼ਿੰਦਗੀ ਦੇ ਵਿੱਚ ਬੇਸਿਕ ਫੈਸਿਲਿਟੀਜ਼ ਨੂੰ, ਐਮਿਨਿਟੀਜ਼ ਨੂੰ ਹਾਸਿਲ ਨਹੀਂ ਕਰ ਸਕਦੇ। ਪਿਤਾ ਪਰਮੇਸ਼ੁਰ, ਅੱਜ ਤੁਸੀਂ ਆਪਣੇ ਖਜ਼ਾਨੇ ਖੋਲ੍ਹ ਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਆਸ਼ੀਸ਼ਾ ਉਂਡੇਲ ਦਿਓ ਪਿਤਾ। ਤੁਸੀਂ ਜ਼ਰੀਆ ਹੋ ਪਿਤਾ ਪਰਮੇਸ਼ੁਰ, ਤੁਸੀਂ ਮੁਹੱਈਆ ਕਰਵਾਉਣ ਵਾਲੇ ਪਰਮੇਸ਼ੁਰ ਹੋ ਪਿਤਾ ਪਰਮੇਸ਼ੁਰ। ਅੱਜ ਹਰੇਕ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੀ ਆਸ਼ਿਸ਼, ਆਪਣੀ ਬਲੈਸਿੰਗਸ, ਆਪਣਾ ਅਨੁਗ੍ਰਹਿ ਉਂਡੇਲ ਕੇ ਉਹਨਾਂ ਨੂੰ ਖੁਸ਼ੀਆਂ ਦੇ ਨਾਲ ਭਰ ਦਿਓ ਤਾਂ ਕਿ ਹਰੇਕ ਕੋਈ ਤੁਹਾਡੇ ਨਾਮ ਦੀ ਗਵਾਹੀ ਦੇਵੇ। ਇਹ ਸਭ ਕੁਝ ਮੰਗ ਲੈਂਦੇ ਹਾਂ ਤੁਹਾਡੇ ਬੇਟੇ, ਸਾਡੇ ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਨਾਂ ਨਾਲ। ਸੁਣੋ ਅਤੇ ਕਬੂਲ ਕਰੋ। ਆਮੀਨ, ਆਮੀਨ। ਦੋਸਤੋ, ਪਰਮੇਸ਼ੁਰ ਯਹੋਵਾ ਯੀਰੇ ਹੈ, ਯਾਨੀ ਕਿ ਪਰਮੇਸ਼ੁਰ ਮੁਹੱਈਆ ਕਰਵਾਉਣ ਵਾਲਾ ਪਰਮੇਸ਼ੁਰ ਹੈ। ਉਹ ਤੁਹਾਨੂੰ ਹਰੇਕ ਚੀਜ਼ ਨਾਲ ਮੁਹੱਈਆ ਕਰਾ ਸਕਦਾ ਹੈ ਜੇਕਰ ਤੁਸੀਂ ਖੁੱਲ੍ਹੇ ਦਿਲ ਦੇ ਨਾਲ ਪਰਮੇਸ਼ੁਰ ਦੇ ਅੱਗੇ ਅਰਦਾਸ ਕਰਦੇ ਹੋ, ਸੰਪੂਰਨ ਮਨ ਦੇ ਨਾਲ ਭਰੋਸਾ ਕਰਦੇ ਹੋ। ਪਰਮੇਸ਼ੁਰ ਸਾਡੇ ਜੀਵਨ ਦੇ ਵਿੱਚ ਉਸ ਭਰੋਸੇ, ਉਸ ਨੇਚਾ ਦੇ ਅਨੁਸਾਰ ਕੰਮ ਕਰਦੇ ਨੇ ਜਿਹੜਾ ਸਾਡੇ ਜੀਵਨ ਦੇ ਵਿੱਚ ਅਸੀਂ ਦਿਖਾਉਂਦੇ ਹਾਂ, ਅਤੇ ਸਾਡਾ ਨੇਚਾ ਵਧਾਉਣ ਵਾਸਤੇ ਪ੍ਰਭੂ ਦਾ ਵਚਨ ਵੀ ਸਾਨੂੰ ਅੱਗੇ ਵਧਾਉਂਦਾ ਹੈ। ਆਓ ਦੇਖਦੇ ਹਾਂ ਕਿ ਅੱਜ ਦਾ ਵਚਨ ਕੀ ਸਿਖਾ ਰਿਹਾ ਹੈ। ਯਾਕੂਬ ਦੀ ਪਤਰੀ ਦੇ ਰਾਹੀਂ ਪਵਿੱਤਰ ਆਤਮਾ ਕਹਿੰਦਾ ਹੈ ਕਿ ਪਰਮੇਸ਼ਰ ਦਾ ਵਚਨ ਸਾਨੂੰ ਸਹੀ ਰਾਹ ਵਿਖਾਉਂਦਾ ਹੈ। ਸਾਨੂੰ ਵਚਨ ਦਾ ਨਾ ਸਿਰਫ ਅਧਿਐਨ ਕਰਨਾ ਚਾਹੀਦਾ ਹੈ, ਬਲਕਿ ਇਸ ਨੂੰ ਨੇੜੇ ਤੋਂ ਮਹਿਸੂਸ ਕਰਨਾ ਚਾਹੀਦਾ ਹੈ, ਅਤੇ ਵਚਨ ਨੂੰ ਜਾਣਨ ਤੋਂ ਬਾਅਦ ਸਾਨੂੰ ਉਸ ਵਚਨ ਦਾ ਮੁਲਿਆਂਕਣ ਕਰਨਾ ਚਾਹੀਦਾ ਹੈ, ਅਤੇ ਫਿਰ ਸਾਨੂੰ ਆਪਣੇ ਵਿਚਾਰਾਂ ਅਤੇ ਆਪਣੇ ਕੰਮਾਂ ਨੂੰ ਵਚਨ ਦੇ ਦੁਆਰਾ ਕਰਨਾ ਚਾਹੀਦਾ ਹੈ। ਜੇਕਰ ਅਸੀਂ ਵਚਨ ਨੂੰ ਸੁਣ ਕੇ ਉਸ ਦਾ ਪਾਲਣ ਨਾ ਕਰੀਏ ਤਾਂ ਅਸੀਂ ਕਿਸੇ ਹੋਰ ਨੂੰ ਨਹੀਂ ਬਲਕਿ ਖੁਦ ਨੂੰ ਧੋਖਾ ਦੇਵਾਂਗੇ।
ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵਚਨ ਤੋਂ ਹੌਸਲਾ ਪਾਓਗੇ ਅਤੇ ਇਸ ਵਚਨ ਦੇ ਅਨੁਸਾਰ ਚੱਲੋਗੇ, ਕਿਉਂਕਿ ਪ੍ਰਭੂ ਦਾ ਵਚਨ ਇਹੀ ਕਹਿੰਦਾ ਹੈ, ਸਿਰਫ ਸੁਣੀਏ ਨਾ ਪਰ ਪਰਮੇਸ਼ਵਰ ਦੇ ਅਨੁਸਾਰ ਉਹਨਾਂ ਵਚਨਾਂ ਦੇ ਅਨੁਸਾਰ ਕੰਮ ਵੀ ਕਰੀਏ। ਦੋਸਤੋ, ਤੁਹਾਨੂੰ ਯਾਦ ਦਿਲਾ ਦਈਏ ਕਿ ਕੱਲ੍ਹ ਹੈ ਵੀਰਵਾਰ। ਇਸ ਦਿਨ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਬਹੁਤ ਹੀ ਪ੍ਰੇਰਣਾਦਾਇਕ ਕਹਾਣੀ, ਨਾਲ ਦੀ ਨਾਲ ਇੱਕ ਪ੍ਰੇਰਣਾਦਾਇਕ ਇਨਸਾਨ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ। ਇਸ ਦੀ ਸ਼ਖਸੀਅਤ ਤੋਂ ਤੁਸੀਂ ਜ਼ਰੂਰ ਪ੍ਰਭਾਵਿਤ ਹੋਵੋਗੇ। ਕੱਲ੍ਹ ਦਾ ਪ੍ਰੋਗਰਾਮ ਦੇਖਣਾ ਤੁਸੀਂ ਯਾਦ ਰੱਖਣਾ। ਅੱਜ ਦੇ ਲਈ ਬਸ ਇੰਨਾ ਹੀ। ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਸਮਾਂ ਆ ਪੁੱਜਿਆ ਹੈ। ਕੱਲ੍ਹ ਫਿਰ ਕਰਾਂਗੇ ਮੁਲਾਕਾਤ ਇਸੇ ਪ੍ਰੋਗਰਾਮ ਦੇ ਵਿੱਚ, ਜਿਸ ਨਾਮ ਹੈ ਇੱਕ ਨਵੀਂ ਜ਼ਿੰਦਗੀ। ਤੁਸੀਂ ਆਪਣਾ ਖਿਆਲ ਰੱਖੋ। ਜੈ ਮਸੀਹ।